ਜ਼ਿੰਮੇਦਾਰ ਦੀ ਮਸ਼ੱਕਤ ਬਥੇਰੀ ਹੋ ਜਾਂਦੀ ਹੈ ਇਹ ਹੁਣ ਤੁਸੀਂ ਇੱਕ ਜਿਹੜਾ ਹੈ ਨਾ ਏਕੜ ਇੱਕ ਕਿੱਲਾ ਉਹਦਾ ਤੁਸੀਂ ਦੇਖ ਲਓ 40 ਕਰਮਾ ਹੁੰਦੀਆਂ ਇੱਕ ਕਰਮ ਹੁੰਦੀ ਹੈ 5.5 ਫੁੱਟ ਦੀ 5.5 ਨੂੰ 40 ਦੇ ਨਾਲ ਜ਼ਰਬ ਦੇ ਲੋ ਉਹ ਫੁੱਟ ਨਿਕਲੇ ਆਣਗੇ ਤੇ ਫਿਰ ਕਿੱਲੇ ਦੇ ਸਿਆੜ ਕਹਿਣ ਲੋ ਅਗਰ 1 ਫੁੱਟ ਦੇ ਵਿੱਚ ਦੋ ਵੀ ਲਾਣ ਤੇ ਕਿੰਨੇ ਬਣਦੇ ਹੋਣਗੇ ਇੱਕ ਏਕੜ ਅਗਰ ਇੱਕ ਜ਼ਿਮੀਂਦਾਰ ਬੋਂਦਾ ਨਾ ਤੇ ਸਾਰੇ ਦਿਨ ਦੇ ਵਿੱਚ ਉਹਦੀ ਬੜੀ ਲੰਮੀ ਚੋੜੀ ਸੈਰ ਹੋ ਜਾਂਦੀ ਹੈ ਕਦੀ ਵੀ ਤੁਸੀਂ ਜਿਹੜਾ ਹੱਥ ਨਾਲ ਕੰਮ ਕਰਨ ਵਾਲਾ ਕਾਸ਼ਤਕਾਰ ਆ ਜ਼ਿਮੀਂਦਾਰ ਆ ਖੇਤ ਮਜ਼ਦੂਰ ਆ ਚਾਹੇ ਵੈਸੇ ਦੂਜਾ ਮਜ਼ਦੂਰ ਦਿਹਾੜੀ ਦਾ ਉਹਨਾਂ ਨੂੰ ਸ਼ੂਗਰ ਨਹੀਂ ਦੇਖੋਗੇ ਸ਼ੂਗਰ ਉਹਨਾਂ ਨੂੰ ਹੁੰਦੀ ਜਿਹੜੇ ਚੰਗਾ ਖਾਂਦੇ ਮੰਦਾ ਬੋਲਦੇ ਤੇ ਬੈਠੇ ਰਹਿੰਦੇ ਜਿਹੜੀ ਥਕਿਓ ਥਕਿਓ ਵਰਜਸ਼ਾ ਉਹ ਹੈਗੀ ਆ ਵਾਕ ਵਾਕ ਹਰ ਬੰਦੇ ਨੂੰ ਕਰਨੀ ਚਾਹੀਦੀ ਹੈ 슈ਗਰ ਵਾਲਿਆਂ ਨੂੰ ਤੱਕ ਫਿਰ ਡਾਕਟਰ ਹੀ ਦੱਸ ਦਿੰਦੇ ਆ ਇਹ ਜਿਹੜੀ ਵਾਕ ਆ ਬਹੁਤ ਅੱਛੀ ਹੈ ਤੇ ਜਿਹੜਾ ਜ਼ਿਮੀਦਾਰ ਉਹਦੀ ਤਾਂ ਗਰੀਬ ਦੀ ਵਾਕ ਹੁੰਦੀ ਰਹਿੰਦੀ ਹੈ ਸਾਰਾ ਦਿਨ ਮੁਸ਼ਕਤ ਹੁੰਦੀ ਰਹਿੰਦੀ ਹੈ ਹਲ ਬਾਣਾ ਫਿਰ ਪੱਠੇ ਵਢਣੇ ਫਿਰ ਉਹਨੇ ਡੰਗਰ ਬੰਨਣੇ ਛੱਡਣੇ ਕੁੱਤਰਨੇ ਇਹ ਜਿਹੜਾ ਕਾਸ਼ਤਕਾਰ ਆ ਇਹਨੂੰ 7 ਦਿਨ ਹਫਤੇ ਦੇ ਤੇ 365 ਦਿਨ ਜਿਹੜੇ ਹੈਗੇ ਸਾਲ ਦੇ ਛੁੱਟੀ ਨਹੀਂ ਹੁੰਦੀ Eid ਹੋਵੇ ਸ਼ਬਰਾਤ ਹੋਵੇ ਵਿਆਹ ਹੋਵੇ ਸ਼ਾਦੀ ਹੋਵੇ ਮਰਗ ਹੋਵੇ ਕਾਸ਼ਤਕਾਰ ਨੇ ਆਪਣਾ ਕੰਮ ਕਰਨਾ ਹੀ ਕਰਨਾ ਹਾਲ ਤੇ ਛੱਡਿਆ ਜਾ ਸਕਦਾ ਡੰਗਰਾਂ ਨੂੰ ਪੱਠੇ ਤਾਂ ਨਹੀਂ ਛੱਡੇ ਤਾਂ ਬੜੀ ਹੀ ਕਠਨ ਜ਼ਿੰਦਗੀ ਆ ਦੇਖਣ ਨੂੰ ਬਹੁਤ ਵਧੀਆ ਲੱਗਦੀ ਹੈ ਇਹ ਜ਼ਿੰਦਗੀ ਲੇਕਿਨ ਬੜੀ ਹੀ ਕਠਨ ਜ਼ਿੰਦਗੀ ਹੈ ਔਰ ਬਦਕਿਸਮਤੀ ਇਹ ਆਪੇ ਕਾਸ਼ਤਕਾਰ ਜਿਹੜਾ ਨਾ ਇਹਦੇ ਵਾਸਤੇ ਸਹੂਲਤਾਂ ਹੈ ਨਹੀਂ ਨਹੀਂ ਦਾ ਨਹੀਂ ਪਹਿਲਾਂ ਇਹ ਜ਼ਿੰਮੇਦਾਰ ਨਹੀਂ ਜਿਵੇਲਾ ਹੋ ਸਕਦਾ ਖੇਤ ਮੰਡੀ ਤੱਕ ਜਿਹੜੀਆਂ ਰਸਾਈ ਹੋਣੀ ਚਾਹੀਦੀ ਰਸਤਿਆਂ ਦੀ ਜਿਹੜੀ ਉਹ ਹੈ ਨਹੀਂ ਇੱਕ ਹਕੂਮਤ ਨੇ ਚਲਾਇਆ ਸੀ ਖੇਤ ਤੋਂ ਮੰਡੀ ਉਹ ਵੀ ਸਿਆਸੀ ਨਾਰੀ ਰਹਿ ਗਿਆ ਹੈ ਕੰਮ ਕੋਈ ਨਹੀਂ ਉਹਦੀ ਮਿਸਾਲ ਆ ਉਲਫਤ ਰੋਡ ਹੈ 1969 70 ਚ ਬਣੀ ਸੀ ਉਹ ਤੋਂ ਬਾਅਦ ਕਿਸੇ ਨੇ ਬਣਾਈ ਨਹੀਂ ਅਸੀਂ ਤਾਂ ਇਸ ਵੀਡੀਓ ਸਿਰਫ ਇਹੀ ਦੱਸਣਾ ਇਹ ਕੰਮ ਜਿਹੜਾ ਮੁੱਕ ਗਿਆ ਹੱਲ ਦਾ ਚਲੋ ਇੱਕ ਸੇਵ ਕਰ ਲਈਏ ਇਹਨੂੰ ਮਹਫੂਜ਼ ਕਰ ਲਈਏ ਹੁਣ ਟਰੈਕਟਰਾਂ ਦਾ ਹੀ ਰਹਿ ਗਿਆ ਮੈਂ ਤਾਂ ਆਪ ਇਹ ਮੁੱਦਤ ਬਾਅਦ ਹੀ ਦੇਖਿਆ ਕੰਮ ਜੀ ਇਹ ਜਿਹੜੇ ਪਾੜੇ ਇਹ ਪੱਟੀ ਜਾਂਦਾ ਹਾਲਾਂਕਿ ਥੋੜੀ ਹੱਲ ਲਾਉਂਦੇ ਇਸ ਵਾਸਤੇ ਕਿ ਕਮਾਦਣਾ ਪਟਿਆ ਜਾਵੇ ਟਰੈਕਟਰ ਕਿਦਾਂ ਕਰ ਸਕਦਾ ਇਹ ਆ ਦੇਖੋ ਨਾ ਜੀ ਇਹ ਆ ਦੋਹਾਂ ਦੇ ਦਰਮਿਆਨ ਚ ਇੱਡਾ ਪਾੜਾ ਇਹਦੇ ਚੋ ਟਰੈਕਟਰ ਦੀ ਇੱਕੋ ਹਾਲਾ ਨੰਗਣੀ ਐ ਜੇ ਦੁਬਾਰਾ ਨੰਗਾਉਂਗੇ ਫੇਰ ਉੱਥੋ ਹੀ ਨੰਗਣੀ ਇਹ ਮੁੰਨਾ ਹੀ ਐ ਜਿਹੜਾ ਨਾਲ-ਨਾਲ ਗੋਡੀ ਕਰੀ ਜਾਂਦਾ ਇਹ 2 2 3 3 ਸਿਆੜ ਨੰਗਾਈ ਜਾਂਦਾ ਐ ਇਹ ਕਮਾਦ ਦੀ ਫਸਲ ਐ ਜੀ ਕਮਾਦ ਬੀਜ ਕੇ ਇਹਨੂੰ ਥੱਲੇ ਡੀ.ਪੀ ਪਾਣੀ ਪੈਂਦੀ ਐ ਫੇਰ ਉੱਪਰ ਇਹਨੂੰ ਯੂਰੀਆ ਵੀ ਪਾਣੀ ਪੈਂਦੀ ਆ ਅੱਠੀ ਦਿਨੀ ਹੁਣ ਇਹਨੂੰ ਪਾਣੀ ਲਾਣਾ ਪੈਂਦਾ ਅਪ੍ਰੈਲ ਮਈ ਜੂਨ ਫਿਰ بارشਾਂ ਸ਼ੁਰੂ ਹੋ ਜਾਂਦੀਆਂ ਫਿਰ ਦੇਖ ਕੇ ਲਾਣਾ ਪੈਂਦਾ ਇੱਕ ਸਾਲ ਦੀ ਫਸਲ ਹੈ ਕਮ ਅਜ ਕਮ ਵੈਸੇ ਸਤੰਬਰ ਕਾਸ਼ਤ ਕਰਕੇ ਆਗਾ ਜਾ ਕੇ ਫਰਵਰੀ ਦੇ ਵਿੱਚ ਕੱਢਦੇ 1.5 ਸਾਲ ਦੀ ਅਸਲ ਫਸਲ ਗਿਣੀ ਜਾਂਦੀ ਹੈ ਤੇ ਹੁਣ 4G ਹੈ ਇੱਕ ਬੰਦਾ ਅੱਗੇ ਢੱਗੇ ਹੋਣ ਤੇ ਫੇ ਅਗਲੇ ਬੰਦੇ ਦੀ ਲੋੜ ਨਹੀਂ ਹੁੰਦੀ ਢੱਗਾ ਸਿਆਣਾ ਜਾਨਵਰ ਹੈ ਕੱਟੇ ਤਾਂ ਕੱਟੇ ਹੀ ਆ ਕੱਟੇ ਖੁੱਲੇ ਪੈੜੇ ਇਹ ਬਜਿਆਂ ਦਾ ਵੀ ਬੜਾ ਖਿਆਲ ਰੱਖਣਾ ਪੈਂਦਾ ਜੇ ਬੰਦਾ ਕਵੇ ਨਾ ਬੰਨ ਦਿੱਤੇ ਹੁਣ ਨਿਸ਼ਾ ਹੋ ਗਈ ਨਹੀਂ ਬਨ ਕੇ ਚਿਕੀਆਂ ਛਾੜ ਕੇ ਰਸੇ ਫੜ ਕੇ ਹੀ ਰੱਖਣੇ ਪੈਂਦੇ ਆ ਇਹ ਹੁਣ ਨਾ ਵੀਡੀਓ ਚ ਪਤਾ ਲੱਗੂਗਾ ਵੀ ਇਹ ਸਿਆੜ ਕਿੰਨੇ ਮਿੰਟਾਂ ਚ ਕੱਢਦੇ ਆ